हाँ जी अगे चली जाओ दे जाओ अगे अज इतने जिन्हें फूड सेफ्टी स्टैंडर्ड अथॉरिटी ऑफ इंडिया के जोड़े भी असं नियम है उन्होंने लागू करना है लोगों को सेफ से सुरक्षित तो म्यारी फूड मुहैया करवाना है जोड़ा भी खरीददार है वो वास्ते ये जरूरी कंपोनेंट है जोड़े बनाने वाले फूड है क्लीन फूड स्ट्रीट हब है जिन्हें जिन्होंने देना फ्रूट एंड वैजीटेबल मार्केट चुनी है उन्होंने असी इदा का ट्रेनिंग देनी आ ट्रेनर साढ़े को आए हैं क्वालिटी फूड सर्टिफिके मैनेजमेंट सर्टिफिकेशन आए मैडम अंचल जी आए आ मैडम साढ़े आरिया भरा जी आए आरिया जी भी और इन्होंने ट्रेनिंग दी है बड़ी विस्तार से लोगों को बड़ी लाभदायक है मकसद एक ही है कि ये जिहड़ा साढ़े क्लीन फ्रूट एंड वैजीटेबल मार्केट क्लीन फूड स्ट्रीट हब है ये साढ़े ईट राइट इनिशिएटिव्स है और सरकार का वो बल कि रवैया है कि बेहतर आ भी जी एनफोर्समेंट को लागू करके आप चीज़ों ठीक ठाक करिए उदो बेहतर नहीं है कि लोगों को मोटीवेशन मोटीवेट करके ट्रेनिंग अवेयरनैस जागरूक हो जाए तो वह चीज़ा ठीक ठाक हो जाए तहत अज मकेरिया ट्रेनिंग दी है इस बाद असं अगले पड़ाव से चलने उत्थे भी ट्रेनिंग देंगे हुशियारपुर मकसद एक ही है सर जिले होर किदा दी बन जा एक बार चेक चुनते हैं एक चुननी है जिदा ट्राइट कैंपस या जो भी चीज़ एक चुननी है वो जो पिछले टारगेट दिते उ जिंदा ने उस मकेरिया जी चीज़ चुनी है उत्थे नहीं चुनी उत्थे अलग होएगा इतने अलग होएगा मकसद उ मकसद मिशन तंदुरुस्त पंजाब एश्योर क्वालिटी मैनेजमेंट सर्विसिज वालों पंचकूला वालों ये ट्रेनिंग थोड़ा इंपार्ट की गई है दिखी गई है तो साढ़े मैडम अंचल भाटिया जी राज आ रही है जी सो बहुत कुछ दसता मेरा ख्याल है तो जोड़ा फूड है ना जो फूड तुम देंगे खरीदने वाले खाने वाले जो तुम खाने वाले हो गए तो किस पैरामीटर किस पैमाने की चीज़ लैनी पसंद करते हो पनीर खाने वाले हैं प्रीम पनीर खरीदने वाले आप फिर आप सोचिए मैं कि पनीर लैना
ਤੇ ਵੇਚਣ ਵਾਲਿਆਂ ਨੂੰ ਫਿਰ ਆਪਣੇ ਆਪ ਤੈਅ ਹੋ ਜਾਣਾ ਵੀ ਮੈਂ ਕਿੱਦਾਂ ਦੀ ਚੀਜ਼ ਦੇਣੀ ਆ। ਦੋਹਰੇ ਮਾਪਦੰਡ ਨਹੀਂ ਜੇ ਚੱਲਣੇ, ਵੀ ਤੁਸੀਂ ਕਹੋ ਖਾਣ ਵੇਲੇ ਜੋ ਮਰਜ਼ੀ ਗੰਦ ਖਿਲਾ ਦਈਏ ਤੇ ਜਦੋਂ ਅਸੀਂ ਲੈਣ ਗਈਏ ਅਸੀਂ ਕਹੀਏ ਵੀ ਸਾਨੂੰ ਤਾਂ ਵੀ ਮਿਆਰੀ ਚੀਜ਼ ਮਿਲਣੀ ਚਾਹੀਦੀ, ਇਹ ਨਹੀਂ ਹੋਣਾ। ਸੋ ਕੋਈ ਆਪਾਂ ਸਖ਼ਤ ਨਹੀਂ ਹੈਗੇ, ਕੋਈ ਸਟ੍ਰਿਕਟ ਨਹੀਂ ਹੈਗੇ, ਪਰ ਤੁਹਾਡੇ ਬੱਚਿਆਂ ਦਾ ਪੰਜਾਬ ਦਾ ਮਾਮਲਾ ਆ, ਫੂਡ ਦਾ ਮਾਮਲਾ ਆ, ਇਸ ਕਰਕੇ ਕੋਈ ਵੀ ਢਿੱਲ ਮਾਠੇ ਦੇ ਵਿੱਚ ਆਪਾਂ ਬਰਦਾਸ਼ਤ ਨਹੀਂ ਕਰਨਾ। ਭਾਵੇਂ ਮੇਰਾ ਸਕਾ ਭਰਾ ਵੀ ਹੋਵੇ, ਕੋਈ ਕਿੱਦਾਂ ਦੀ ਕਰੀਬ ਹੋਵੇ, ਕੋਈ ਸਾਥ, ਮੈਂ ਅੱਜ ਤੱਕ ਕਿਉਂ ਇੰਨਾ ਸ਼ਰੂਡ ਹੋ ਕੇ ਬਲੰਟ ਹੋ ਕੇ ਕਿਉਂ ਚੱਲਿਆ? ਇਸ ਕਰਕੇ ਫਿਰ ਚੱਲਿਆ ਕਿਉਂਕਿ ਹੋਰ ਕਿਸੇ ਮਾਮਲੇ 'ਚ ਸਿਫਾਰਿਸ਼ ਮੰਨ ਲਓ, ਕੋਈ ਗੱਲ ਨਹੀਂ ਇੱਧਰ ਉੱਧਰ ਹੋ ਜਾਏ, ਪਰ ਫੂਡ ਦਾ ਮਾਮਲਾ ਇੱਦਾਂ ਦਾ ਆ ਵੀ ਜਿਹੜਾ ਤੁਹਾਡੇ ਬੋਡੀ 'ਚ ਚਲਾ ਗਿਆ ਜਾਂ ਜਿਹੜਾ ਤੁਸੀਂ ਕਿਸੇ ਨੂੰ ਖਵਾਤਾ ਅਤੇ ਉਹ ਜਿਹਦੇ ਅੰਦਰ ਚਲਾ ਗਿਆ ਫਿਰ ਚਲਾ ਗਿਆ, ਹੁਣ ਉਹਦਾ ਕੀ ਕਰਨ ਹੋਊਗੇ? ਉਹ ਤਾਂ ਅਬਜ਼ੋਰਬ ਹੋ ਗਿਆ ਤੁਹਾਡੇ ਸਾਰੇ ਬੋਡੀ 'ਚ ਅਬਜ਼ੋਰਬ ਹੋ ਗਿਆ। ਸੋ ਉਹਦਾ ਕੋਈ ਸਲਿਊਸ਼ਨ ਨਹੀਂ ਹੈਗਾ। ਇਸ ਕਰਕੇ ਕੀ ਕਿੱਦਾਂ ਦੇ ਵਿੱਚ ਕਿੱਦਾਂ ਦੇ ਬੰਦਿਆਂ 'ਚ ਬੱਚਿਆਂ 'ਚ ਕਿਹੜੀ ਚੀਜ਼ ਮੂੰਹ 'ਚ ਅਸੀਂ ਪਾਉਣੀ ਆ ਇਹ ਤੈਅ ਕਰਨਾ, ਇਹ ਫੈਸਲਾ ਕਰਨਾ ਤੁਸੀਂ। ਮੈਂ ਬਹੁਤ ਕੁਛ ਸਹਿ ਲਿਆ, ਪੋਲੀਟੀਕਲ ਹਿੰਡਰੈਂਸ ਓਬਸਟੇਕਲਸ ਵੀ ਮੈਂ ਓਵਰਕਮ ਕਰ ਗਿਆ, ਉਹਨੂੰ ਲੰਘ ਗਿਆ, ਕਿਉਂਕਿ ਇਸ ਕਰਕੇ ਕਿਉਂਕਿ ਮੈਨੂੰ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ ਅਕਾਲ ਪੁਰਖ ਨੇ, ਕਿਉਂਕਿ ਮੈਨੂੰ ਤੁਹਾਡੀ ਚਿੰਤਾ ਸੀ, ਤੁਹਾਡੇ ਬੱਚਿਆਂ ਦੀ ਚਿੰਤਾ ਸੀ ਵੀ ਮੈਂ ਇਹਨਾਂ ਨੂੰ ਇੱਦਾਂ ਦਾ ਫੂਡ ਨਹੀਂ ਜੇ ਦੇਣਾ, ਨਾ ਕਿਸੇ ਪੈਸੇ ਧੇਲੇ ਲਈ ਕੋਈ ਇੱਧਰ ਉੱਧਰ ਹੋਏ, ਨਾ ਕੋਈ ਹੋਰ ਸਿਫਾਰਿਸ਼ ਜਾਂ ਕਿਸੇ ਮਾਮਲੇ 'ਚ, ਕੋਈ ਰਿਸ਼ਤੇਦਾਰੀਆਂ ਨੂੰ ਵੀ ਨਹੀਂ ਮੋਹਰੇ ਰੱਖਿਆ, ਕਿਉਂਕਿ ਮੋਹਰੇ ਸਿਰਫ ਰੱਖਿਆ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੇ ਪੈਰਾਮੀਟਰ ਜਿਹੜੇ ਆ, ਉਹਨੇ ਕੀ ਪੈਰਾਮੀਟਰ ਤੈਅ ਕੀਤਾ, ਉਹਨੇ ਬਣਾ ਦਿੱਤੇ ਪੈਰਾਮੀਟਰ, ਚਾਹੇ ਉਹ ਸਫਾਈ ਦਾ ਲੈ ਕੇ ਵੀ ਆ, ਤੁਹਾਡੇ ਸਾਹਮਣੇ ਸਾਰਾ ਕੁਛ ਹੈ, ਸਾਨੂੰ ਸਾਰੇ ਪੈਂਫਲੈਟ ਵੀ ਬਣਦੇ ਨੇ ਆ, ਸਾਰੇ ਇੰਸਪੈਕਸ਼ਨ ਆ, ਪਰ ਇਹ ਜਿਹੜੇ 12 ਗੋਲਡਨ ਰੂਲਸ ਹੈ ਇਹ ਸਿਰਫ ਇਹਦੇ ਵਿੱਚ ਨਹੀਂ ਰਹਿਣੇ ਚਾਹੀਦੇ, ਇਹ ਲਾਗੂ ਹੋਣੇ ਚਾਹੀਦੇ ਆ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਕਈਆਂ ਨੂੰ ਲੱਗੇ ਲੋਕੀ ਸੁਪਨਾ ਲੈਂਦੇ ਹੁੰਦੇ ਆ ਅਤੇ ਉਲਟੀ ਗਿਣਤੀ ਵੀ ਸ਼ੁਰੂ ਕਰਦੇ ਆ ਕਈਆਂ ਦੀ, ਵੀ ਅਫਸਰ ਦਾ ਕੈਲੰਡਰ 'ਤੇ ਲਿਖੀ ਜਾਣਾ ਵੀ ਹੁਣ ਇਹਦਾ ਇੱਕ ਦਿਨ ਘੱਟ ਗਿਆ, ਹੁਣ ਦੂਜਾ ਦਿਨ ਘੱਟ ਗਿਆ, ਹੁਣ ਜਾਣ ਵਾਲਾ ਆਇਆ। ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੱਲ, ਵੀ ਮੈਂ ਭਾਵਾਂ DHO ਨਾ ਵੀ ਰਹਾਂ ਤਾਂ ਵੀ ਮੈਂ ਇੱਦਾਂ ਦੀ ਸਟਰੈਟਜੀ ਬਣਾ ਲਊਂਗਾ ਵੀ ਮੈਂ ਫੂਡ 'ਚ ਇੰਟਰਫੀਅਰ ਕਰੂੰਗਾ, ਮੈਂ ਫੂਡ ਦੇ ਵਿੱਚ ਸਰਵਿਸ ਸੇਵਾਵਾਂ ਨਿਭਾਊਂਗਾ, ਇਹ ਮੇਰਾ ਤੁਹਾਡਾ ਪ੍ਰੋਮਿਸ, ਮੈਂ ਆਪਣੇ ਇੱਦਾਂ ਦਾ ਕੁਛ ਕਰ ਲੈਣਾ ਜਿਹਦੇ ਨਾਲ ਮੈਂ ਫੂਡ ਸੇਫਟੀ ਟੀਮ ਦੇ ਨਾਲ ਮੈਂ ਵੀ ਆਊਂ ਕਰੂੰਗਾ ਤੁਹਾਡੇ, ਚਾਹੇ ਮਨੀਸ਼ ਸੋਢੀ ਜੀ ਉਦੋਂ ਹੋਣਗੇ ਸਿਸਟਮ 'ਚ ਮੈਂ ਨਹੀਂ ਹੋਊਂਗਾ, ਪਰ ਮੈਂ ਫਿਰ ਵੀ ਆਊਂਗਾ, ਮੈਂ ਨਹੀਂ ਹਟਣਾ ਇਸ ਸੇਵਾ ਤੋਂ ਵਿੱਚ, ਕਿਉਂਕਿ ਮੈਂ ਤੈਅ ਕਰ ਲਿਆ ਅਤੇ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਕੇ ਹਟਣਾ, ਪੰਜਾਬ ਨੂੰ ਮਿਆਰੀ ਫੂਡ ਦੇ ਕੇ ਹਟਣਾ, ਜਿਹੜੀ ਗਲਤ ਪ੍ਰੈਕਟਿਸ ਸ਼ੁਰੂ ਹੋ ਗਈ ਹੈ। ਹੁਣ ਪਨੀਰ ਦੀਆਂ ਸਫਾਈਆਂ ਲੋਕ ਦਿੰਦੇ ਆ, ਪਨੀਰ ਦਾ ਮਿਆਰ ਕਿਵੇਂ ਆ ਮਨੀਸ਼? ਤੇ ਪਨੀਰ ਦੇ ਪਿਆਰ, ਪਨੀਰ ਦੇ ਮਿਆਰ, ਪਨੀਰ ਦੀ ਕੁੱਲ ਫਾਇਦਾ ਨਹੀਂ, ਪਨੀਰ ਦੇ ਮਿਆਰ ਕਿੰਨੇ ਤੋਂ ਲਿਖੂਗਾ ਵੀ ਮੇਰੀ ਇੰਨੀ ਫੈਟ ਹੈ ਜੇ ਚਾਹ ਆ, ਹੈ ਨਾ? ਪਰ ਜਿਹੜਾ ਲੂਜ਼ ਪਨੀਰ ਹੈ ਜਿਹੜਾ ਅਸੀਂ ਪਿੱਛੇ ਜੇ ਸੈਂਪਲ ਭਰੇ ਆ ਉਹਦਾ ਇੱਕੋ ਹੀ ਮਿਆਰ ਹੈ, ਉਹ ਜਿਹੜੀ ਫੂਡ ਐਂਡ ਡਰੱਗ ਲੈਬ ਖਰੜ ਨੇ ਜਿਹੜਾ ਉਹ ਉਹੀ ਪੈਰਾਮੀਟਰ 'ਤੇ ਦੇਖਣਾ ਤੇਰਾ ਪਨੀਰ ਖਰਾ ਉਤਰਦਾ ਕਿ ਨਹੀਂ ਉਤਰਦਾ। ਤੇਰੀਆਂ ਸਫਾਈਆਂ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ, ਕੋਈ ਕਹੇ ਵੀ ਦੋ ਫੈਟ ਹੁੰਦੀ ਨਾ ਦੀ ਫਲਾਣੇ ਦੀ ਹੁੰਦੀ ਆ, ਨੋ, ਕੋਈ ਐਕਸਕਿਊਜ਼ ਨਹੀਂ। ਜਿਹੜਾ ਬੰਦਾ 300-350 ਰੁਪਇਆ ਪਨੀਰ ਦਾ ਅਦਾ ਕਰਦਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ। ਮੈਂ ਇਸ ਕਰਕੇ ਕਹਿਣਾ ਆਪਾਂ ਨੂੰ ਅੱਜ ਭਾਵਾਂ ਇਹ ਗੱਲਾਂ ਕਿੱਦਾਂ ਲੱਗਣ ਪਈ ਯਾਰ, ਇਹ ਸਖ਼ਤ ਹੈ ਪੌੜੀਆਂ, ਪਰ ਤੁਹਾਨੂੰ ਦੱਸਦਾ ਫੂਡ ਦਾ ਮਾਮਲਾ ਬੜਾ ਹੀ ਸੈਂਸਿਟਿਵ ਹੈ, ਸੰਵੇਦਨਸ਼ੀਲ। ਕਲਰ ਦੀ ਮੈਡਮ ਜੀ ਨੇ ਗੱਲ ਕੀਤੀ ਹੈ, ਬਹੁਤ ਸੋਹਣੀ, ਅਸੀਂ ਕਲਰ 'ਤੇ ਕਿੰਨਾ ਜ਼ੋਰ ਦਿੰਦੇ, ਮੈਂ ਇਹ ਕਹੋ ਕਰਦੇ ਹਾਂ ਚਾਹੇ ਤੁਸੀਂ ਕਲਰ ਨੂੰ ਐਡ ਕਰਦੇ ਹੋ, ਚਾਹੇ ਉਹ ਤੁਸੀਂ ਇਹ ਸੋਚੋ ਯੂਪੀ ਦੇ ਬੰਦਿਆਂ ਨੇ ਜਾਂ ਹੋਰ ਲੋਕਾਂ ਨੇ ਜਿਨ੍ਹਾਂ ਨੇ ਪਾਉਣੇ ਉਹਨਾਂ ਨੇ ਖੰਡ ਦਾ ਪੈਮਾਨਾ ਹੀ ਨਹੀਂ ਕੁਰਨ ਦੇਣਾ, ਕਿਉਂਕਿ ਉਹਨਾਂ ਨੂੰ ਸਪੋਰਟ ਮਿਲ ਗਈ ਵੀ ਖੰਡ ਉਹ 10 ਰੁਪਏ ਚਾਹੇ